ਅੱਜ ਅਸੀਂ ਗੱਲ ਕਰਾਂਗੇ ਪਿਛਲੇ ਦਿਨਾਂ ਵਿੱਚ ਇੱਕ ਵੀਡੀਓ ਵਾਇਰਲ ਹੋਈ ਸਰਦਾਰ ਗਗਨਦੀਪ ਸਿੰਘ ਦੀ, ਜਿਸ ਵਿੱਚ ਉਹ ਇੱਕ ਮੌਬ ਦੇ ਵਿੱਚ ਇੱਕ ਮੁਸਲਮਾਨ ਦੀ ਜਾਨ ਬਚਾ ਰਿਹਾ ਸੀਗਾ। ਉਸਨੂੰ ਸਿੱਖ ਪੰਥ ਵਿੱਚ ਸਿੱਖਾਂ ਵੱਲੋਂ ਸੋਸ਼ਲ ਮੀਡੀਆ 'ਤੇ ਬਹੁਤ ਵਧਾਈਆਂ ਦਿੱਤੀਆਂ ਗਈਆਂ, ਲੇਕਿਨ ਉਸ ਤੋਂ ਕੁਛ ਟਾਈਮ ਬਾਅਦ, ਕੁਛ ਦਿਨਾਂ ਬਾਅਦ ਉਹਦਾ ਕੁਛ ਵੀ ਕੰਟੈਕਟ ਜਾਂ ਕੁਛ ਵੀ ਨਹੀਂ ਹੋ ਪਾ ਰਿਹਾ। ਅਤੇ ਉਸ ਬਾਰੇ ਦੱਸੋਗੇ ਕਿ ਇਹਦੇ ਵਿੱਚ ਵੀ ਕੀ ਸਾਰਾ ਕਾਰਨ ਰਿਹਾ ਜਾਂ ਕਿਉਂ ਐਸਾ ਰਿਹਾ, ਉਹਦੇ 'ਚ ਕੀ ਗੱਲ ਇਹ ਹੈਗਾ ਕਿ ਉਹਦਾ ਜਿਹੜਾ ਹੈਗਾ ਜਿਹੜਾ ਫਿਰਕਾ ਸੰਪਰਦਾਇਕਤਾ ਹੈਗੀ ਹੈ ਉਹ ਜ਼ਿਆਦਾ ਭਾਰੂ ਹੈਗੀ ਹੈ, ਕਿਉਂਕਿ ਉਹਨੇ ਇੱਕ ਮੁਸਲਮਾਨ ਨੂੰ ਬਚਾਇਆ, ਇਸ ਕਰਕੇ ਜਿਹੜਾ ਹੈਗਾ ਗੈਰ ਸਿੱਖ ਅਤੇ ਗੈਰ ਮੁਸਲਮਾਨ ਤਬਕਾ ਜਿਹੜਾ ਹੈਗਾ ਉਹਦੇ ਖਿਲਾਫ ਹੋ ਗਿਆ ਹੈਗਾ। ਇਸ ਕਰਕੇ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਉਹਨੂੰ ਜਾਨ ਬਚਾਉਣ ਵਾਸਤੇ ਉਹਦੇ ਛੁੱਟੀ 'ਤੇ ਭੇਜਿਆ ਗਿਆ, ਲੇਕਿਨ ਉਸ ਤੋਂ ਬਾਅਦ ਜਿਹੜਾ ਹੈਗਾ ਮੀਡੀਆ ਨੇ ਉਹਦਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਥਾਣੇ ਵਿੱਚ ਬੁਲਾ ਕੇ ਕਿਹਾ ਵੀ ਸੀ ਕਿ ਅਸੀਂ ਸੰਪਰਕ ਕਰਾ ਦਿੰਦੇ ਹਾਂ, ਲੇਕਿਨ ਉਹ ਨਹੀਂ ਕਰਾ ਸਕੇ। ਉਹ ਕਹਿੰਦਾ ਵੀ ਉਹਦਾ ਜਿਹੜਾ ਹੈਗਾ ਮੋਬਾਈਲ ਬੰਦ ਹੈਗਾ। ਆਖਰ ਉਹ ਹੈ ਕਿੱਥੇ ਜੇ ਮੋਬਾਈਲ ਬੰਦ ਹੈ, ਤਾਂ ਸੰਪਰਕ ਨਹੀਂ ਹੋ ਪਾ ਰਿਹਾ, ਜਿੰਦਾ ਜਿੰਦਾ ਵੀ ਹੈ ਕਿ ਨਹੀਂ ਹੈ, ਇਹ ਸ਼ੱਕ ਪੈਂਦਾ। ਕਿਤੇ ਮਾਰ ਤਾਂ ਨਹੀਂ ਦਿੱਤਾ ਗਿਆ ਕਿ ਇੱਕ ਤਾਂ ਇਸ ਮੁਸਲਮਾਨ ਨੂੰ ਬਚਾਉਣ ਦੇ ਦੋਸ਼ ਵਿੱਚ ਮਾਰ ਤਾਂ ਨਹੀਂ ਦਿੱਤਾ। ਇਸ ਕਰਕੇ ਸਾਡੀ ਮੰਗ ਇਹ ਹੈਗੀ ਹੈ ਕਿ ਉਦੋਂ ਜਿਹੜਾ ਹੈਗਾ ਉਹਦੇ ਬਾਰੇ ਕੁਝ ਜਾਣਕਾਰੀ ਦਿੱਤੀ ਜਾਏ, ਜਾਂ ਇਹਨੂੰ ਛੁੱਪੇ ਤੌਰ 'ਤੇ ਹੀ ਉਹਨੂੰ ਮੀਡੀਆ 'ਤੇ ਪੇਸ਼ ਕਰਤਾ ਜਾਏ ਕਿ ਇੱਕ ਅਣਜਾਣਿਤ ਜਗ੍ਹਾ 'ਤੇ ਆਇਆ, ਅਤੇ ਉਹ ਜਿਹੜਾ ਹੈਗਾ ਸਰਕਾਰੀ ਕਸਟਡੀ 'ਚ ਵੀ ਹੈ ਅਤੇ ਪਤਾ ਹੋਵੇ, ਸਰਕਾਰੀ ਕਸਟਡੀ ਕਿਸੇ ਸੁਰੱਖਿਅਤ ਥਾਂ 'ਤੇ ਆਇਆ, ਉਹ ਜਿਹੜਾ ਹੈਗਾ ਜਿੰਦਾ ਹੈਗਾ। ਸਾਨੂੰ ਸ਼ੱਕ ਪੈਂਦਾ ਹੈਗਾ ਕਿ ਕਿਤੇ ਉਹਨੂੰ ਨਾ ਇਸ ਸੰਪਰਦਾਇਕਤਾ ਦਾ ਸ਼ਿਕਾਰ ਤਾਂ ਨਹੀਂ ਹੋ ਗਿਆ। ਇਹਦੇ ਨਾਲ ਜਿਹੜਾ ਹੈਗਾ ਸਿੱਖਾਂ ਵਿੱਚ ਰੋਸ ਵਧੇਗਾ, ਜੇ ਕਿਸੇ ਵੇਲੇ ਵੀ ਇਹ ਸ਼ੱਕ ਪੈਦਾ ਹੋ ਗਿਆ ਕਿ ਉਹਨੂੰ ਮਾਰ ਦਿੱਤਾ ਗਿਆ, ਉਹ ਸ਼ੱਕ ਪੈਦਾ ਹੋਵੇਗਾ। ਇਸ ਕਰਕੇ ਸ਼ੱਕ ਨੂੰ ਦੂਰ ਕਰਨ ਲਈ ਜ਼ਰੂਰੀ ਹੈ ਕਿ ਉਹਨੂੰ ਪਰ ਇੱਕ ਚੀਜ਼ ਹੈ ਕਿ ਇਹੋ ਜਿਹੇ ਵੀ ਮੁੱਦੇ ਉੱਤੇ ਸਾਡੀਆਂ ਸਿੱਖ ਜਥੇਬੰਦੀਆਂ ਜੋ ਆਪਣੇ ਆਪ ਨੂੰ ਪੰਥਕ ਕਹਿਲਵਾਉਂਦੀਆਂ ਨੇ, ਉਹਨਾਂ ਵੱਲੋਂ ਵੀ ਕੁਛ ਨਹੀਂ ਕੀਤਾ ਜਾ ਰਿਹਾ, ਉਹਦਾ ਕੀ ਕਾਰਨ ਰਿਹਾ ਹੋਵੇ? ਉਹਦਾ ਕਾਰਨ ਹੈ ਕਿ ਇਹਦੇ ਵਿੱਚ ਉਹਨਾਂ ਨੂੰ ਰਾਜਨੀਤਿਕ ਲਾਭ ਨਹੀਂ ਹੁੰਦਾ। ਠੀਕ ਹੈ, ਉਹਨਾਂ ਦਾ ਹਰ ਕਦਮ ਰਾਜਨੀਤਿਕ ਲਾਭ ਨਾਲ ਹੁੰਦਾ। ਠੀਕ ਹੈ, ਹੁਣ ਉੱਥੇ ਸ਼ਿਲਾਂਗ ਦੇ ਵਿੱਚ ਹੋਇਆ, ਉੱਥੇ ਚਲੇ ਗਏ ਕਿ ਉੱਥੇ ਰਾਜਨੀਤਿਕ ਲਾਭ ਮਿਲਣਾ। ਇੱਥੇ ਜਿਹੜਾ ਹੈਗਾ ਇਸ ਨੌਜਵਾਨ ਪੁਲਿਸ ਨੂੰ ਬਤਾਇਆ ਤਾਂ ਉਹਨਾਂ ਨੂੰ ਇਹ ਡਰ ਹੈਗਾ ਕਿ ਜਿਹਨਾਂ ਨਾਲ ਅਸੀਂ ਰਲੇ ਹੋਏ ਹਾਂ ਉਹ ਸਾਡੇ ਖਿਲਾਫ ਹੋ ਜਾਣਗੇ। ਠੀਕ ਹੈ, ਇਸ ਕਰਕੇ ਉਹ ਇਸ ਬਾਰੇ ਆਵਾਜ਼ ਨਹੀਂ ਉਠਾਉਂਦੇ। ਘੱਟੋ ਘੱਟ ਉਹਨੂੰ ਹੋਏ ਅਤੇ ਇਤਨੀ ਹਮਦਰਦੀ ਹੋਣੀ ਚਾਹੀਦੀ ਹੈ ਕਿ ਇੱਕ ਬੰਦੇ ਨੇ ਕਿਹਾ ਤੁਹਾਡੀ ਸ਼ਾਨ ਵਧੀ ਹੈ ਦੁਨੀਆਂ ਵਿੱਚ, ਮੁਸਲਮਾਨਾਂ ਵਿੱਚ ਦੁਨੀਆਂ ਭਰ ਨੇ ਜਿਹੜਾ ਹੈਗਾ ਤੁਸੀਂ ਪ੍ਰਸੰਸਾ ਕੀਤੀ ਹੈ। ਠੀਕ ਹੈ, ਉਹ ਕੀਤੀ ਹੈ, ਲੇਕਿਨ ਤੁਸੀਂ ਇਸ ਬਾਰੇ ਬਿਲਕੁਲ ਚੁੱਪ ਹੋ, ਪੁੱਛਦੇ ਤੱਕ ਨਹੀਂ ਕਿ ਸਾਡਾ ਬੰਦਾ ਕਿੱਥੇ ਹੈ, ਮਰ ਗਿਆ, ਜਿੰਦਾ ਹੈਗਾ, ਕਿੱਥੇ ਹੈਗਾ। ਠੀਕ ਹੈ, ਉਹ ਜਿਹੜਾ ਹੈਗਾ ਇਹਨਾਂ ਨੇ ਹਰ ਗੱਲ ਜਿਹੜੀ ਹੈ ਰਾਜਨੀਤੀ ਨਾਲ ਸੰਬੰਧਿਤ ਹੈਗੀ ਹੈ, ਕੋਈ ਇਸ ਬਾਰੇ ਗੰਭੀਰ ਨਹੀਂ ਹੈਗਾ ਕਿ ਆਮ ਲੋਕਾਂ ਨਾਲ ਕੀ ਹੁੰਦਾ ਪਿਆ। ਜਿੱਥੇ ਇਹਨਾਂ ਨੂੰ ਰਾਜਨੀਤਿਕ ਲਾਭ ਨਜ਼ਰ ਆਇਆ ਉੱਥੇ ਕਰਨਗੇ, ਜਿੱਥੇ ਰਾਜਨੀਤਿਕ ਨਹੀਂ ਆਏਗਾ ਉੱਥੇ ਰੇਤ ਨਹੀਂ ਕਰਨਗੇ। ਕਿਤੇ ਨਾ ਕਿਤੇ ਸਾਫ਼ ਲਫ਼ਜ਼ਾਂ ਵਿੱਚ ਅਸੀਂ ਕਹੀਏ ਕਿ ਪੰਥਕ ਧਿਰੇ ਵੀ ਸਿਰਫ ਆਪਣੇ ਸਿਆਸੀ ਲਾਭ ਵਾਸਤੇ ਹੀ ਸਿੱਖ ਕੌਮ ਦੇ ਭਲੇ ਦੇ ਕੰਮ ਦੀ ਸੋਚਦੇ ਨੇ। ਪੰਥਕ ਤੇ ਰਿਹਾ ਹੀ ਕੋਈ ਨਹੀਂ ਗਿਆ, ਸੱਚੀ ਗੱਲ ਤੇ ਪੁੱਛੋ ਤੇ ਪੰਥਕ ਕੋਈ ਨਹੀਂ ਹੈ। ਠੀਕ ਹੈ, ਸਾਰੇ ਜਿਹੜੇ ਨੇ ਸਵਾਰਥੀ ਹੋ ਗਏ ਨੇ ਪੰਥਕ ਦਾ, ਪਰ ਤਬਕਾ ਜਿਹੜਾ ਹੈ ਗਲੇ ਚ ਪੰਥਕ ਮਖੋਟਾ ਲਾਇਆ, ਮਖੋਟਾ ਜਿਹੜਾ ਪੰਥਕ ਦਾ ਲਾਇਆ, ਪੰਥਕ ਮਖੋਟਾ ਲਾਇਆ ਹੋਇਆ, ਲੇਕਿਨ ਪੰਥਕ ਕੋਈ ਨਹੀਂ ਹੈਗਾ, ਕੋਈ ਪੰਥਕ ਇਸ ਦੇ ਵਿੱਚ ਗੱਲ ਨਹੀਂ ਕਰਦਾ। ਸਾਰੇ ਜਿਹੜੇ ਕੋਈ ਰਾਜ ਬੀਜੇਪੀ ਦੀ ਗੋਦ ਵਿੱਚ ਵੜਿਆ ਹੈ ਤੇ ਕੋਈ ਕਾਂਗਰਸ ਦੀ ਗੋਦ ਵਿੱਚ ਵੜਿਆ। ਠੀਕ ਹੈ, ਤੇ ਕਿਸੇ ਨੂੰ ਨਾ ਇਸੇ ਆਪਣਾ ਸਵਾਰਥ ਮਾਰਦਾ, ਕੋਈ ਪੰਥ ਦੇ ਨਾਂ 'ਤੇ ਰੋਟੀਆਂ ਸੇਕਦੇ ਨੇ ਸਾਰੇ। ਠੀਕ ਹੈ, ਕਦੇ ਵੀ ਕਿਸੇ ਨੇ ਨਹੀਂ ਕਿਹਾ ਕਿ ਪੰਥ
ਪੰਥ ਦੀ ਅਸਲੀਅਤ ਕੀ ਹੈਗੀ ਹੈ, ਉਹਨਾਂ ਨੂੰ ਪੁੱਛੋ ਪੰਥ ਦਾ ਮੁੱਦਾ ਕੀ ਹੈਗਾ, ਗੁਰੂ ਸਾਹਿਬ ਨੇ ਪੰਥ ਨੂੰ ਦਿੱਤਾ ਕੀ ਹੈਗਾ। ਅਤੇ ਹੁਣ ਕਹਿਣਗੇ ਅਸੀਂ ਜੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਬਾਕੀ ਨੌ ਗੁਰਸਾਹਿਬਾਂ ਨੇ ਕੁਝ ਨਹੀਂ ਕੀਤਾ, ਠੀਕ ਹੈ, ਅਸੀਂ ਸਿਰਫ ਜੇ ਅੰਮ੍ਰਿਤ ਛੱਕ ਲਿਆ ਤਾਂ ਠੀਕ ਹੈ। ਫਿਰ ਫਿਰ ਜਿਹੜਾ ਹੈਗਾ ਇਹ ਇਹਨਾਂ ਨੂੰ ਸਵਾਇਸ਼ ਦੇ ਕਿ ਜੇ ਕਿੱਥੋਂ ਰਾਜਨੀਤਿਕ ਲਾਭ ਹੋਏਗਾ ਉੱਥੇ ਕਰਨਗੇ, ਜਿੱਥੇ ਨਹੀਂ ਹੋਏਗਾ ਉੱਥੇ ਚੁੱਪ ਚਾਪ। ਬੜੀ ਇਸ ਵਿਚਾਰ ਦੀ ਗੱਲ ਹੈ ਕਿ ਸਿਰਫ ਅਤੇ ਸਿਰਫ ਅੱਜ ਦੀ ਡੇਟ ਵਿੱਚ ਪੰਥਕ ਕਹਿਲਾਉਣ ਵਾਲਿਆਂ ਦੇ ਚਿਹਰੇ ਦੇ ਉੱਤੇ ਇੱਕ ਮੁਕਟਾ ਲਗਾਇਆ ਹੈ ਪੰਥਕ ਦਾ, ਪਰ ਪੰਥਕ ਵਾਲਾ ਜਿਹੜਾ ਕੰਮ ਹੈ ਉਹ ਨਹੀਂ ਵੇਖਣ ਨੂੰ ਮਿਲਦਾ। ਸਿੱਖ ਕੌਮ ਵਿੱਚ ਇੱਕ ਬੁੱਧੀਜੀਵੀਆਂ ਲਈ ਬੜੀ ਸੋਚਣ ਔਰ ਵਿਚਾਰਨ ਦੀ ਗੱਲ ਹੈ ਕਿ ਇਸ ਨਾਲ ਅਸੀਂ ਕਿਸ ਰਾਹੇ ਜਾਵਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।